लेकिन ये उत्थे कुड़ियां दा धंधा बहुत तेजी नाल फैल रहा है पर बहुत ज़्यादा कुड़ियां दिल्ली तो मंगाइया जा रही रशियन कुड़ियां थाई कुड़ियां दिल्ली तो मंगाइया जा रही दलालों तो क्योंकि मेरे नाल सारे की मीटिंग करवाई सी मैं एक हफ्ता उस स्पा नूं चलाया सीगा वो पहले उन्होंने मसाज की जो भी टेस्ट करता रात रख दे अपने को हत्थां च चक्कियां फोटोआं अते लुधियाना पुलिस कमिश्नर नूं दित्ती लिखती शिकायत के सबूतों वजों फड़े कागज़ दिखा रही इस औरत का नाँ है चरणप्रीत कौर उर्फ सिमरन जो खुद नूं टिब्बा रोड की रहन वाली दसदी है जिस मुताबक उसने कुछ महीने पहला सैलून खोलण लई अपने पति जसप्रीत भाटिया नाल मिल के एक रॉयल किंगडम नाँ का स्पा खरीदा सी पर औरत मुताबक उसके पति ने उस स्पा ते उसनूं सैलून नहीं खोलण दिता अते उसे स्पा ते सैक्स रैक्ट चलाउणा शुरू कर दिता पुलिस कमिश्नर पास पहुँच करन तो पहला इस औरत ने अपने पति वालों चलाए जा रहे स्पा सेंटर से पत्रकारों नूं नाल लैके लाइव छापा मारिया अते स्पा दे कमरे अंदर बैठिया कुड़ियों की चंगी तसली करवाई पहला तुसीं इस औरत वालों स्पा ते मारे छापे दीआं लाइव तस्वीरां देखो फिर अगे सुणाउंदे हां इस औरत वालों कीते अजिहे खुलासे जिन्हां नूं सुण के कई वड्डे लीडरां अते पुलिस अफसरां दी रातां दी नींद उड़ सकदी है पत्रकार हो भाजी मैं तुसी मेरे तो क्वेश्चन करना है जसप्रीत भाटिया मैनू पता सीपी साहब दे दफ्तर आए मैं की दवां कोई भी इत्थे भाजी है नहीं पार्टनर पार्टनर हुंदा पैसिआं नाल पार्टनर हुंदा विद प्रूफ प्रूफ लियाओ आपां कर लांगे एवरीथिंग ओके फिनिश इस तों बाद हाँ जी हाँ जी कित्थे कीते दिखाओ उत्थे करतीआं तुसीं नहीं नहीं बैठा स्टाफ बैठा तुसीं जो भी कीता तुहाडी रिकॉर्डिंग होई आ जो भी तुसीं अंदर जाके कीता जो भी इन्हां ने कीता अपने कोल भी रिकॉर्डिंग आ भाजी तुसीं कैमरे लैके आए हो ना इत्थे भी रिकॉर्ड हो रहा ठीक है जी पति वालों चलाए जा रहे स्पा ते छापा मारन मगरों कमिश्नर दफ्तर शिकायत करन पहुंची इस औरत ने दस्या कि उसका पति स्पा के नाते एक वड्डा सैक्स रैकेट चला रहा है औरत ने इस धंधे च शिवसेना के एक आगू
ਸਮੇਤ ਕਈ ਵੱਡੇ ਲੀਡਰਾਂ ਅਤੇ ਪੁਲਿਸ ਅਫਸਰਾਂ ਦੇ ਸ਼ਾਮਲ ਹੋਣ ਦੇ ਖੁਲਾਸੇ ਕਰਦਿਆਂ ਕਿਹਾ ਕਿ ਉਹ ਹਰ ਇੱਕ ਦੇ ਸਬੂਤ ਆਪਣੇ ਕੋਲ ਚੁੱਕੀ ਫਿਰਦੀ ਹੈ ਅਤੇ ਹਰ ਕਿਸੇ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਔਰਤ ਮੁਤਾਬਕ ਉਸਦਾ ਪਤੀ ਵਿਦੇਸ਼ੀ ਕੁੜੀਆਂ ਮੰਗਵਾ ਕੇ ਉਹਨਾਂ ਤੋਂ ਧੰਦਾ ਕਰਵਾਉਂਦਾ ਹੈ ਅਤੇ ਕੁੜੀਆਂ ਨੂੰ ਦਿਨ ਚੜ੍ਹਦੇ ਹੀ ਨਸ਼ਾ ਦੇ ਦਿੱਤਾ ਜਾਂਦਾ ਹੈ, ਜਿਸ ਦੇ ਬਾਅਦ ਕੁੜੀਆਂ ਪੂਰਾ ਦਿਨ ਕੰਮ ਕਰਦੀਆਂ ਨੇ। ਮੇਰਾ ਨਾਮ ਚਰਨਪ੍ਰੀਤ ਕੌਰ ਹੈ, ਉਪ ਸਿਮਰਨ। ਮੈਂ ਟਿੱਬਾ ਰੋਡ ਤੋਂ ਰਹਿਣ ਵਾਲੀ ਹਾਂ। ਮੇਰੇ ਹਸਬੈਂਡ ਜਸਪ੍ਰੀਤ ਭਾਟੀਆ, ਜੋ ਮੇਰੇ ਨਾਲ 2013 ਤੋਂ ਨਾਲ ਰਹਿ ਰਹੇ ਨੇ। ਇੱਥੇ ਮੈਂ ਇੱਕ ਸਪਾ ਲਿੱਤਾ ਸੀਗਾ ਸੈਲੂਨ 'ਚ ਕਮਾਉਣ ਕਰਨ ਵਾਸਤੇ, ਜਿਹੜਾ ਇਹਨਾਂ ਨੇ ਉਹਨੂੰ ਸਪਾ ਦੇ ਵਿੱਚ ਹੀ ਰੱਖ ਲਿੱਤਾ ਹੈਗਾ, ਜਿੱਥੇ ਮੈਨੂੰ ਸੈਲੂਨ ਦਾ ਕੰਮ ਕਰਨ ਨਹੀਂ ਦਿੱਤਾ ਗਿਆ। ਜਿੱਥੇ ਇੱਕ ਮੁੰਡਾ ਮੈਂ ਗੁਰੀ ਰੱਖਿਆ ਸੀਗਾ, ਇੱਕ ਮੇਰਾ ਪਾਰਟਨਰ ਨਾਵੀ ਹੈਗਾ, ਸਾਡਾ ਪਾਰਟਨਰ, ਅਸੀਂ ਕਿਸੇ ਕੋਲ ਪਰਚੇਜ਼ ਕੀਤਾ ਸੀਗਾ। ਲੇਕਿਨ ਇਹ ਉੱਥੇ ਕੁੜੀਆਂ ਦਾ ਧੰਦਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈਗਾ, ਜਿਹੜਾ ਮੈਂ ਉੱਥੇ ਕਰਨ ਨਹੀਂ ਦੇ ਸਕਦੀ ਹੈਗੀ ਉਹਨੂੰ। ਪਰ ਬਹੁਤ ਜ਼ਿਆਦਾ ਕੁੜੀਆਂ ਦਿੱਲੀ ਤੋਂ ਮੰਗਾਈਆਂ ਜਾ ਰਹੀਆਂ, ਰਸ਼ੀਅਨ ਕੁੜੀਆਂ, ਥਾਈ ਕੁੜੀਆਂ ਦਿੱਲੀ ਤੋਂ ਮੰਗਾਈਆਂ ਜਾ ਰਹੀਆਂ ਦਲਾਲਾਂ ਤੋਂ, ਜਿਹਦੇ 'ਤੇ ਪੈਸਾ ਲਗਾਉਣ ਵਾਸਤੇ ਬਹੁਤ ਸਾਰੇ ਬੰਦੇ ਵੀ ਬੈਠੇ ਹੋਏ ਆ। ਕੁਛ ਨੇਤਾ ਜੋ ਸਪੋਰਟ ਕਰ ਰਹੇ ਆ ਬਹੁਤ ਤਗੜੀ, ਉਹਦੇ 'ਚ ਮੇਰੀ ਮੀਟਿੰਗ ਵੀ ਹੋਈ ਸੀ ਉਹਨਾਂ ਦੇ ਨਾਲ, ਔਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਆਰਾਮ ਦੇ ਨਾਲ ਕੰਮ, ਤੁਸੀਂ ਵੀ ਇਸ ਕੰਮ ਦੇ ਵਿੱਚ ਪੈ ਕੇ ਕੰਮ ਕਰੋ ਆਰਾਮ ਦੇ ਨਾਲ। ਕੁਛ ਪੁਲਿਸ ਅਫਸਰ ਹੈਗੇ ਆ ਜਿਨ੍ਹਾਂ ਦੇ ਨਾਲ ਸੈਟਿੰਗ ਹੋਈ ਹੈ, ਇਹਨਾਂ ਦੀ ਮੈਂ ਹਾਲੇ ਉਹ ਨਾਮ ਦੇਣਾ ਨਹੀਂ ਚਾਹੁੰਦੀ, ਮੌਕਾ ਹੈ ਤਾਂ ਉਹ ਮੈਂ ਨਾਮ ਦਊਂਗੀ ਤੁਹਾਨੂੰ ਸਾਰਿਆਂ ਦੇ, ਕਿਉਂਕਿ ਮੇਰੇ ਨਾਲ ਸਾਰਿਆਂ ਦੀ ਮੀਟਿੰਗ ਕਰਵਾਈ ਸੀਗੀ। ਮੈਂ ਇੱਕ ਹਫ਼ਤਾ ਉਸ ਸਪਾ ਨੂੰ ਚਲਾਇਆ ਸੀਗਾ, ਚਲਾ ਕੇ ਦੇਖਿਆ ਸੀ ਇਹ ਕੀ ਕਰ ਰਹੇ ਹੈਗੇ ਉੱਥੇ, ਜੋ ਪ੍ਰੀਕੋਸ਼ਨ ਹੈਗੇ ਆ ਗੁਰੀ ਨਾਮ ਦੇ ਲੜਕੇ ਨੂੰ ਦੇ ਜਾਂਦੇ ਹੈਗੇ, ਨਾ ਵੀ ਜੋ ਮੇਰਾ ਪਾਰਟਨਰ ਹੈਗਾ, ਨਸ਼ਾ ਜੋ ਸਮੈਕ ਵੀ ਲਿਆਤੀ ਜਾਂਦੀ ਹੈਗੀ ਹੈ, ਉਹਦੇ ਵੀ ਪਰੂਫ ਮੇਰੇ ਕੋਲ ਹੈਗੇ ਆ, ਰਿਕਾਰਡਿੰਗਾਂ ਮੇਰੇ ਕੋਲ ਬਹੁਤ ਜ਼ਿਆਦਾ ਹੈਗੀਆਂ, ਜਿਹਦੇ 'ਚ ਉਹ ਅਸੈਪਟ ਕਰੇ ਜਸਪ੍ਰੀਤ ਭਾਟੀਆ ਕਿ ਅਸੀਂ ਦਿੱਲੀ ਤੋਂ ਰਸ਼ੀਅਨ ਕੁੜੀਆਂ ਲੈ ਕੇ ਆਉਣੀਆਂ, 50,000 ਰੁਪਇਆ ਇਹਨਾਂ ਅਸੀਂ ਦੇ ਕੇ ਉਹ ਕੁੜੀਆਂ ਮੰਗਵਾਉਣੀਆਂ ਹੈਗੀਆਂ। ਔਰ ਇਹਦੀ ਸਾਰੀ ਟੈਸਟਿੰਗ ਜੋ ਕੁੜੀਆਂ ਨੂੰ ਚੈੱਕ ਕੀਤਾ ਜਾਂਦਾ ਹੈਗਾ, ਰੋਹਿਤ ਸਾਨੀ ਕੋਈ ਲੀਡਰ ਹੈਗਾ ਸ਼ਿਵ ਸੈਨਾ ਦਾ, ਉਹਦੇ ਦਫ਼ਤਰ ਰਾਤੀਂ ਲੈ ਕੇ ਆਉਂਦੇ ਹੈਗੇ ਆ, ਉਹ ਪਹਿਲੇ ਉਹਨਾਂ ਦੀ ਮਸਾਜ ਦੀ ਜੋ ਵੀ ਟੈਸਟ ਕਰਦਾ ਰਾਤ ਰੱਖਦੇ ਆ ਆਪਣੇ ਕੋਲ, ਉਹ ਕੁੜੀਆਂ ਨਾਈਟ ਦੇ ਵਿੱਚ ਉੱਥੇ ਰੱਖੀਆਂ ਜਾਂਦੀਆਂ ਸਪਾ ਦੇ ਵਿੱਚ, ਸਾਰੇ ਲੀਡਰ, ਕੁਛ ਮੁਲਾਜ਼ਮ, ਕੁਛ ਪੁਲਿਸ ਅਫਸਰ ਵੀ ਆਉਂਦੇ ਹੈਗੇ ਉੱਥੇ, ਔਰ ਮੈਂ ਉਹਨਾਂ ਨੂੰ ਜਾਣਦੀ ਹਾਂ ਬਹੁਤ ਚੰਗੇ ਤਰੀਕੇ ਦੇ ਨਾਲ। ਔਰ ਮੈਂ ਪਹਿਲੇ ਵੀ ਸਪਾ ਦੇ ਅਗੇਂਸਟ ਕੰਪਲੇਂਟ ਦੇ ਚੁੱਕੀ ਹਾਂ, ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ। ਕੱਲ੍ਹ ਮੈਂ ਜਦੋਂ ਸ਼ਾਮੀ ਗਈ ਹਾਂ, ਮੈਂ ਸੀਪੀ ਸਾਹਿਬ ਦੇ ਪੇਸ਼ ਹੋਈ ਹਾਂ, ਇੱਥੇ ਮੇਰਾ ਬਹੁਤ ਮਜ਼ਾਕ ਉਡਾਇਆ ਗਿਆ, ਔਰ ਇਹਨਾਂ ਨੇ ਵਟਸਐਪ ਦੇ ਥਰੂ, ਜਿੱਥੇ ਮੈਡਮ ਪੁਰੇਵਾਲ ਦੀ ਜਗ੍ਹਾ 'ਤੇ ਸਰ ਆਏ ਹੈਗੇ ਆ, ਉੱਥੇ ਇਹਨਾਂ ਨੇ ਵਟਸਐਪ ਦੇ ਥਰੂ ਇਹ ਕੰਪਲੇਨ ਮੈਂ ਕੱਲ੍ਹ ਇੱਕ ਦੇ ਕੇ ਗਈ ਸੀਗੀ 11:09 ਨੂੰ, ਉੱਥੇ ਰੀਡਰ ਸਾਹਿਬ ਬੈਠੇ ਹੋਏ ਆ, ਉਹਨਾਂ ਨੇ ਮੇਰਾ ਮਜ਼ਾਕ ਉਡਾਇਆ ਔਰ ਮੈਨੂੰ 7 ਵਜੇ ਤੱਕ ਉੱਥੇ ਬਿਠਾ ਕੇ ਰੱਖਿਆ। ਉਹਨਾਂ ਨੇ ਕੋਈ ਕਰ, ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨਾਲ ਚੱਲੋ ਤੁਸੀਂ, ਉੱਥੇ ਇਹ ਕੰਮ ਹੋ ਰਿਹਾ, ਲੇਕਿਨ ਉਹਨਾਂ ਨੇ ਮੇਰੀ ਕੋਈ ਵੀ ਸੁਣਵਾਈ ਨਹੀਂ ਕੀਤੀ ਕਿ ਮੈਂ ਉੱਥੋਂ, ਮੈਂ ਔਰ ਮੇਰੀ ਸਿਸਟਰ, ਮੈਂ ਆਪਣੇ ਸਪਾ ਦੇ ਉੱਤੇ ਵਾਪਸ ਗਈ, ਜਿੱਥੇ ਜਸਪ੍ਰੀਤ ਨੂੰ ਭਜਾ ਦਿੱਤਾ ਗਿਆ ਹੈਗਾ, ਉਹ ਰੋਜ਼ ਸਾਈਨੀ ਦੇ ਦਫ਼ਤਰ ਜਾ ਕੇ ਬੈਠ ਗਿਆ। ਗੁਰੀ ਨਾਮ ਦਾ ਮੁੰਡਾ ਸੀਗਾ ਔਰ ਨਾ ਵੀ ਮੁੰਡਾ ਸੀ, 15 ਮੁੰਡੇ ਹੋਰ ਸੀਗੇ ਅਣਪਛਾਤੇ, ਜਿਨ੍ਹਾਂ ਨੂੰ ਮੈਂ ਨਹੀਂ ਮੌਕੇ ਆਉਣ 'ਤੇ ਮੈਂ ਪਹਿਚਾਣ ਲਵਾਂਗੀ। ਇਹਨਾਂ ਨੇ ਰੋਹਿਤ ਸਾਨੀ ਨੂੰ ਫੋਨ ਕੀਤਾ, ਹੈਂਡ ਫ੍ਰੀ ਕੀਤਾ, ਨਾ ਵੀ ਮੁੰਡਾ ਕਹਿੰਦਾ ਕਿ ਇੱਥੇ ਇਹ ਚਰਨਪ੍ਰੀਤ ਕੌਰ ਆਈ ਹੈ, ਤਾਂ ਉਹਨ ਅੱਗੇ ਉਹ ਜਵਾਬ ਦਿੱਤਾ ਕਿ ਇਹਨੂੰ ਕੱਢ ਦੇ ਇੱਥੋਂ ਬਾਂਹ ਫੜ ਕੇ, ਜਿੱਥੇ ਮੇਰੀ ਆਹ ਤੋਂ ਮਹੀਨਾ ਪਹਿਲੇ ਵੀ ਇਹਨਾਂ ਨੇ ਮੇਰੀ ਬਾਂਹ ਖਿੱਚੀ ਸੀਗੀ, ਜਿਹੜਾ ਇਲਾਜ ਮੇਰਾ ਕਲਿਆਣ ਹੋਸਪਿਟਲ ਤੋਂ ਚੱਲ ਰਿਹਾ ਹੈਗਾ ਆ। ਇਹਨੇ ਕੱਲ੍ਹ ਵੀ ਮੇਰੇ ਨਾਲ ਬਦਤਮੀਜ਼ੀ ਕੀਤੀ ਔਰ ਮੈਨੂੰ ਮੇਰੇ ਹੀ ਸਪਾ ਤੋਂ ਬਾਹਰ ਕੱਢ ਦਿੱਤਾ ਗਿਆ ਹੈਗਾ ਆ। ਮੈਂ ਸੜਕ 'ਤੇ ਇਕੱਲੀ ਬੈਠੀ ਰਹੀ ਹਾਂ, ਮੈਂ ਔਰ ਮੇਰੀ ਸਿਸਟਰ, ਔਰ ਇਹਨਾਂ ਨੇ ਮੇਰੇ ਨਾਲ ਫਿਰ ਸ਼ਾਮੀ ਕੁਛ 8 ਵਜੇ ਕੋਈ ਰੇਟ ਆਈ ਹੈ, ਮੈਂ ਨਹੀਂ ਜਾਣਦੀ ਉਹ ਕਿੱਥੋਂ ਆਈ ਸੀ, ਕੁੜੀਆਂ ਅੰਦਰ ਸੀ ਪਰ ਕੁੜੀਆਂ ਲੈ ਕੇ ਨਹੀਂ ਗਏ, ਨਾ ਵੀ ਮੁੰਡਾ ਉੱਥੇ ਸੀਗਾ, ਗੁਰੀ ਮੁੰਡਾ ਉੱਥੇ ਸੀਗਾ, ਪਰ ਕੋਈ ਵੀ ਉਹਨਾਂ 'ਤੇ ਕਾਰਵਾਈ ਨਹੀਂ ਹੋਈ, ਉਹਨਾਂ ਨੂੰ ਲੈ ਕੇ ਨਹੀਂ ਗਏ। ਮੇਰੀ ਮੰਗ ਇਹੀ ਹੈ ਕਿ ਮੈਂ ਇਸ ਜਿਹੜਾ ਇਹ ਸੈਕਸ ਐਕਟ ਹੈ ਬਹੁਤ ਵੱਡਾ ਹੈਗਾ ਆ, ਔਰ ਮੈਂ ਇਸ ਵੇਲੇ ਇਕੱਲੀ ਹੈਗੀ ਹਾਂ ਇਸ ਲੜਾਈ ਨੂੰ ਲੜ ਰਹੀ ਹੈਗੀ ਹਾਂ, ਜਿੱਥੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮਾਰਨ ਦੀਆਂ, ਜਿੱਥੇ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਬਹੁਤ ਤਗੜਾ। ਅਗਰ ਮੇਰਾ ਉਹ ਹਸਬੈਂਡ ਹੈਗਾ ਤਾਂ ਮੈਂ ਇਸ ਗੰਦਗੀ 'ਚ ਉਹਨੂੰ ਜਾਣ ਨਹੀਂ ਦੇਵਾਂਗੀ। ਗੁਰਸਿੱਖ ਹੋ ਕੇ ਉਹਨ ਬਾਲਾਂ ਦੀ ਕਟਿੰਗ ਵੀ ਕਰਵਾ ਲਿੱਤੀ ਹੈਗੀ ਆ ਆਪਣੀ, ਔਰ ਕੁਛ ਲੋਕ ਹੈਗੇ ਜੋ ਬਹੁਤ ਤਗੜੀ ਤਾਜ਼ਾ 'ਚ ਉੱਤੇ ਪੈਸਾ ਲਗਾ ਰਹੇ ਕਿ ਤੂੰ ਕੁੜੀਆਂ ਮੰਗਵਾ ਬਾਹਰੋਂ, ਔਰ ਮੇਰੀ ਇਹੀ ਮੰਗ ਹੈ ਕਿ ਇਹਨੂੰ ਬੰਦ ਕੀਤਾ ਜਾਏ, ਇਹਨੂੰ ਸੀਲ ਕੀਤਾ ਜਾਏ, ਜਿੱਥੇ ਜਿੱਥੇ ਰੋਇਲ ਕਿੰਗਡਮ ਦੇ ਇਹ ਕਿਨਮ ਸਪਾ ਖੁੱਲ੍ਹੇ ਹੈਗੇ ਉਹਨਾਂ ਨੂੰ ਸੀਲ ਕੀਤਾ ਜਾਏ। ਪਹਿਲੇ ਵੀ ਇਹਨਾਂ 'ਤੇ ਐਲੀਗੇਸ਼ਨ ਲੱਗ ਚੁੱਕੇ ਹੈਗੇ ਆ ਬਾਹਰੋਂ ਕੁੜੀਆਂ ਮੰਗਵਾਉਣ 'ਤੇ ਸੈਕਸ ਐਕਟ ਦਾ ਲੱਗ ਚੁੱਕਿਆ ਹੈਗਾ, ਪਰ ਇਹਨੂੰ ਕੋਈ ਵੀ ਬੰਦ ਨਹੀਂ ਕਰ ਰਿਹਾ ਹੈਗਾ ਕਿ ਬਹੁਤ ਤਗੜੀ 'ਚ ਪੈਸਾ ਜਾ ਰਿਹਾ ਹੈਗਾ। ਸਰ ਉੱਥੋਂ ਪ੍ਰੀਕੋਸ਼ਨ ਮਿਲੇ ਸੀਗੇ, ਗੁਰੀ ਨਾਮ ਦਾ ਮੁੰਡਾ ਜਿਹੜੇ ਪ੍ਰੀਕੋਸ਼ਨ ਉਹਦੇ ਕੋਲ ਹੀ ਹੁੰਦੇ ਹੈਗੇ ਆ, ਜੋ ਨਸ਼ਾ ਇੱਕ ਕੁੜੀਆਂ ਨੂੰ ਸਵੇਰੇ ਦਿੱਤਾ ਜਾਂਦਾ ਹੈਗਾ, ਉਹ ਵੀ ਮੇਰੇ ਕੋਲ ਪਿਆ ਹੋਇਆ ਘਰ, ਬੋਟਲ ਪਈ ਹੋਈ ਆ, ਉਹ ਨਸ਼ਾ ਕੁੜੀਆਂ ਨੂੰ ਦਿੱਤਾ ਜਾਂਦਾ ਸਵੇਰੇ, ਉਹ ਸਾਰਾ ਦਿਨ ਕੁੜੀਆਂ ਕੰਮ ਕਰਦੀਆਂ, ਕੁੜੀਆਂ ਦੀ ਕੋਈ ਵੀ ਸੈਲਰੀ ਨਹੀਂ ਹੈ ਉੱਥੇ, ਕੁੜੀਆਂ ਕੋ 500 ਰੁਪਈਆ ਪਰ ਕੁੜੀ ਕੋ ਪਰ ਕਲਾਇੰਟ ਜਦੋਂ ਦਿੰਦੇ ਆ ਉਹ ਲਿੱਤਾ ਜਾਂਦਾ ਹੈਗਾ ਬਾਹਰ ਕਾਊਂਟਰ 'ਤੇ,
ਉਹੀ ਜਿਹੜਾ ਪੈਸਾ ਹੈਗਾ ਉਹ ਚੌਂਕੀ ਥਾਣੇ ਇਹ ਪੇ ਕਰਦੇ ਹੈਗੇ ਆ ਉੱਤੇ ਤੱਕ। ਇਹ ਕਹਿੰਦੇ ਕਿ ਹਾਂ ਤੂੰ ਜਿੱਥੇ ਮਰਜ਼ੀ ਚੱਲ ਜਾ, ਅਸੀਂ ਤੇਰਾ ਕੁਛ ਨਹੀਂ ਹੋਣ ਦੇਵਾਂਗੇ। ਔਰ ਮੇਰੀ ਇਹੀ ਮੰਗ ਹੈ ਕਿ ਉਹਨੂੰ ਸੀਲ ਕੀਤਾ ਜਾਵੇ। ਜਸਪ੍ਰੀਤ ਭਾਟੀਆ ਉਹ ਚੱਲ ਰਹੇ ਆ, ਮੇਰਾ ਨਾ ਵੀ ਮੁੰਡਾ ਸੀਗਾ ਔਰ ਨਾ ਵੀ ਮੁੰਡੇ ਨੂੰ ਇਹ ਮੇਰੇ ਘਰ ਆਉਂਦਾ ਸੀਗਾ। ਪੂਰੀ ਮੁੰਡਾ ਜਿਹੜਾ ਸੀਪਰ ਉੱਥੇ ਰੱਖਿਆ ਹੋਇਆ, ਇਹ ਸਾਰੇ ਜਣੇ ਮੇਰੇ ਘਰ ਆਉਂਦੇ ਸੀਗੇ। ਇਹ ਰਲ ਕੇ ਮੈਂ ਸੈਲੂਨ ਦਾ ਕੰਮ ਖੋਲ੍ਹਣਾ ਸੀਗਾ, ਜਿੱਥੇ ਮੇਰਾ ਸੈਲੂਨ ਦਾ ਸਮਾਨ ਲਿੱਤਾ ਹੋਇਆ ਸਾਰਾ ਮੇਰੇ ਘਰ ਬੈਠਾ। ਟਿੱਬਾ ਰੋਡ 'ਤੇ ਮੇਰੀ ਆਪਣੀ ਸ਼ੋਪ ਸੀਗੀ, ਅਸੀਂ ਮੈਂ ਉੱਥੋਂ ਖਾਲੀ ਕੀਤੀ, ਉਹ ਮੈਂ ਉੱਥੇ ਸ਼ਿਫਟ ਕਰਨੀ ਸੀਗੀ, ਲੇਕਿਨ ਇਹਨਾਂ ਨੇ ਮੈਨੂੰ ਨਹੀਂ ਕਰਨ ਦੇ ਰਹੇ। ਇਹ ਕਹਿ ਰਹੇ ਕਿ ਤੂੰ ਇਹੀ ਕੰਮ ਕਰਨਾ ਸੀ, ਉਹ ਕੰਮ ਨਹੀਂ ਕਰਨਾ। ਪਤੀ ਵੱਲੋਂ ਸਪਾ ਦੇ ਨਾਂ ਹੇਠ ਚਲਾਏ ਜਾ ਰਹੇ ਸੈਕਸ ਰੈਕਟ ਦੇ ਧੰਦੇ 'ਚੋਂ ਉਸ ਨੂੰ ਬਾਹਰ ਕੱਢਣ ਲਈ ਚਰਨਪ੍ਰੀਤ ਕੌਰ ਉਰਫ ਸਿਮਰਨ ਨੇ ਤਾਂ ਸ਼ਰਿਆਂ ਮੋਰਚਾ ਖੋਲ੍ਹ ਦਿੱਤਾ। ਪਰ ਸ਼ਹਿਰ ਦਾ ਇੱਕ ਚੱਕਰ ਲਗਾ ਕੇ ਦੇਖਿਆ ਜਾਵੇ ਤਾਂ ਕੋਨੇ ਕੋਨੇ 'ਤੇ ਅਜਿਹੇ ਕਈ ਸਪਾ ਸੈਂਟਰਾਂ ਦੇ ਬੋਰਡ ਲੱਗੇ ਸਾਫ਼ ਦੇਖੇ ਜਾ ਸਕਦੇ ਨੇ, ਜਿਨ੍ਹਾਂ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਕੰਨੋ ਕੰਨ ਕੋਈ ਖ਼ਬਰ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਚੱਲ ਰਹੇ ਹੋਰ ਸਪਾ ਸੈਂਟਰਾਂ 'ਤੇ ਇਸ ਔਰਤ ਵਾਂਗ ਛਾਪੇਮਾਰੀ ਕਰਕੇ ਉੱਥੇ ਕੰਮ ਕਰਨ ਵਾਲੀਆਂ ਕੁੜੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਨਹੀਂ, ਅਤੇ ਭਵਿੱਖ 'ਚ ਇਸ ਔਰਤ ਵੱਲੋਂ ਹੋਰ ਕੀ ਖੁਲਾਸੇ ਕੀਤੇ ਜਾਂਦੇ ਨੇ, ਇਸ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।